ਭਾਜਪਾ ਜਨਤਾ ਪਾਰਟੀ ਪਲਕ ਤੋਂ ਪ੍ਰਿਸ਼ਚਾਚਾ ਛੱਡੋ ਪਰਿਵਾਰਵਾਦ ਛੱਡੋ ਤੇ ਤੁਸ਼ਚੀਕਰਨ ਛੱਡੋ ਮੁਹਿੰਮ ਸ਼ੁਰੂ ਕਰੇਗੀ ਸੰਸਦ ਪਵਨ ਕੰਪਲੈਕਸ ਵਿੱਚ ਭਾਜਪਾ ਪਾਰਟੀ ਦੇ ਸੰਸਦ ਆਲਦੀਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਸੰਸਦਾਂ ਨੂੰ ਸੱਦਾ ਦਿੱਤਾ ਕਿ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਅਤੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਲੋਕ ਸਭਾ ਵਿੱਚ ਲਿਆਂਦਾ ਗਿਆ ਸਰਕਾਰ ਵਿਰੁੱਧ ਬੇਪਰੋਸ ਦੀ ਮਤਾ ਸਰਕਾਰ ਦੇ ਖਿਲਾਫ ਨਹੀਂ ਹੈ ਬਲਕਿ ਵਿਰੋਧੀ ਧਿਰ ਵਿੱਚ ਆਪ केंद्रीय कानून मंत्री अर्जुन राम मेघवाल ने मीटिंग मगरों कहा कि प्रधानमंत्री नरेंद्र मोदी ने कहा कि जिस तरह देश अंग्रेजा तो की गुलामी मुक्त कराने भारत छदोलन शुरू किया गया सी उसी तरह ही यह मुहिम मजबूती न शुरू की थी जानी चाहिए